ਤੇ ਆ ਆਪਣੇ ਕੋ ਹੈਗੀ ਆ ਪੇਮੈਂਟ ਦੇਖੋ ਪੈਸਾ ਪੈਸਾ ਹੀ ਪੈਸਾ ਮਹਾ ਅਮੀਰ ਬਹੁਤ ਨਹੀਂ ਨਹੀਂ ਲੋ ਭਾਈ 300 ਦਾ ਤੇਲ ਪੈ ਗਿਆ ਇੱਧਰ ਬਾਈ ਨੇ ਕਰਤਾ ਡਨ ਚੱਲਦੇ ਆ ਹੁਣ ਬਸ ਫਟਾਫਟ ਬਾਜ਼ਾਰ ਦੇ ਵਿੱਚ ਸਮਾਨ ਲਈਏ ਜਾ ਕੇ ਲੈ ਭਾਈ ਵੈਕਿਊਮ ਕਰਾਉਣ ਲਈ ਆ ਗਏ ਆਪਾਂ ਗੱਡੀ ਲਾ ਲੈਂਦੇ ਇੱਧਰਲੀ ਸਾਈਡ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਅੱਜ ਨਾ ਯਾਰ ਇੱਕ ਸੀਨ ਹੋ ਗਿਆ ਜਿਹੜਾ ਸਟਾਰਟਿੰਗ ਵਾਲੀ ਸ਼ੂਟਿੰਗ ਆ ਨਾ ਉਹ ਪਤਾ ਨਹੀਂ ਫਾਈਲਾਂ ਕਰਪਟ ਹੋ ਗਈਆਂ ਅਤੇ ਕਰਪਟ ਹੋਣ ਕਰਕੇ ਮੈਂ ਹੁਣ ਚਲੋ ਹੁਣ ਐਡਿਟ ਕਰਨ ਬੈਠਿਆ ਤਾਂ ਰਾਤ ਦੇ 9 ਵਜੇ ਆ ਜਦ ਮੈਂ ਚੈੱਕ ਕਰਨ ਲੱਗਿਆ ਫਾਈਲਾਂ ਵੀ ਕਿਹੜੀ ਕਿਹੜੀ ਹੈਗੀਆਂ ਬਣੀਆਂ ਹੋਈਆਂ ਉਹ ਤੋਂ ਬਾਅਦ ਦੇਖ ਵਿੱਚ ਦੇਖਿਆ ਮੈਂ ਜਿਹੜੀਆਂ ਸਵੇਰੇ ਵਾਲੀਆਂ 3-4 ਸ਼ੂਟ ਕਰੀਆਂ ਹੋਈਆਂ ਫਾਈਲਾਂ ਉਹ ਸਾਰੀਆਂ ਕਰਪਟ ਹੋ ਗਈਆਂ ਤੀਆਂ ਅਤੇ ਮੈਂ ਹੁਣ ਉਹ ਦੁਬਾਰਾ ਸ਼ੂਟ ਕਰ ਨਹੀਂ ਸਕਦਾ ਜਿਹੜਾ ਲੰਘਿਆ ਹੋਇਆ ਟਾਈਮ ਆ ਉਹ ਬੀਤਿਆ ਹੋਇਆ ਟਾਈਮ ਵਾਪਸ ਤਾਂ ਆਉਂਦਾ ਨਹੀਂ ਹੁੰਦਾ ਤਾਂ ਉੱਦਾਂ ਹੀ ਹੁਣ ਮੈਂ ਚਲੋ ਕਲਿੱਪ ਬਣਾ ਕੇ ਪਾ ਦੇਵਾਂ ਮੈਂ ਤੁਹਾਨੂੰ ਦੱਸ ਦਈਏ ਵੀ ਜਿਹੜੀ ਅੱਜ ਦਿਨ ਦੀ ਸ਼ੁਰੂਆਤ ਆ ਉਹ ਸਿੱਧਾ ਚਮਕੌਰ ਜਾਣ ਦੇ ਸਟਾਰਟ ਹੋਊਗੀ ਪਹਿਲਾਂ ਆਪਾਂ ਸਵੇਰੇ ਉਹੀ ਕੰਮ ਕਾਰ ਕਰੇ ਹਾਂ ਠੀਕ ਹੈ ਅੱਜ ਸਾਫ਼ ਸਫਾਈ ਕਰੀ ਆ ਡੈਡੀ ਨੇ ਕੰਮ ਕਰਵਾਇਆ ਖਾਸਾ ਅੱਜ ਅਤੇ ਬਾਕੀ ਚਮਕੌਰ ਸਾਹਿਬ ਗਈ ਹਾਂ ਅੱਜ ਔਡਰ ਲਗਾਇਆ ਦੇਖੋ ਤੁਸੀਂ ਬਾਕੀ ਵੀਡੀਓ ਸਾਰੀ ਇਹ ਹਾਂਜੀ ਆਪਾਂ ਜਾ ਰਹੇ ਹਾਂ ਹੁਣ ਚਮਕੌਰ ਸਾਹਿਬ ਅੱਜ ਔਡਰ ਲਾਉਣਾ ਸਮਾਨ ਦਾ ਪੇਮੈਂਟ ਕਰਕੇ ਆਉਣੀ ਆ ਪੇਮੈਂਟ ਕਰਕੇ ਆਉਣੀ ਆ ਆਪਾਂ ਨੇ ਘੱਟੋ ਘੱਟ 30-33 ਹਜ਼ਾਰ ਰੁਪਏ ਆਪਾਂ ਪੇਮੈਂਟ ਕਰਕੇ ਆਉਣੀ ਆ ਜਾਣਾ ਗੱਡੀ ਗੱਡੀ 'ਚ ਬੈਠ ਗਏ ਆਪਾਂ ਹੁਣ ਅਤੇ ਚਮਕੌਰ ਸਾਹਿਬ ਜਾਣਾ ਔਡਰ ਲਾਉਣਾ ਅਤੇ ਥੋੜ੍ਹਾ ਕੁ ਸਮਾਨ ਚੱਕ ਕੇ ਲੈ ਕੇ ਆਉਣਾ ਇਹ ਪੱਖਾ ਆਵਾਜ਼ ਬਹੁਤ ਕਰਦਾ ਹੈ ਮੈਂ ਹੁਣ ਸਲੋਅ ਕਰਤਾ ਪਹਿਲਾਂ ਆਵਾਜ਼ ਬਹੁਤ ਕਰਦਾ ਸੀ ਅਤੇ ਇੱਕ ਆਪਣੇ ਵੈਕਿਊਮ ਕਰਾ ਕੇ ਲੈ ਕੇ ਆਉਣੀ ਗੱਡੀ ਦੇਖੋ ਬਹੁਤ ਸਾਰਾ ਗੰਦ ਗੁੰਦ ਪਿਆ ਹੋਇਆ ਇਹ ਸਾਰਾ ਕਰਾ ਕੇ ਲੈਣਾ ਸਾਫ਼ ਇੱਧਰ ਨਾ ਪਾਣੀ ਗਿਰੀ ਜਾਂਦਾ ਏਸੀ ਦਾ ਆਹ ਖੱਡੇ ਜੀ 'ਚੋਂ ਇਹ ਵੀ ਦੇਖਦੇ ਜੇ ਟਾਈਮ ਲੱਗਿਆ ਕਰਾ ਕੇ ਆਉਂਗੇ ਅਤੇ ਆਹ ਆਪਣੇ ਕੋਲ ਹੈਗੀ ਆ ਪੇਮੈਂਟ ਦੇਖੋ ਪੈਸਾ ਪੈਸਾ ਹੀ ਪੈਸਾ ਮਹਾ ਅਮੀਰ ਬਹੁਤ ਨਹੀਂ ਨਹੀਂ ਇਹ ਪੇਮੈਂਟ ਹੈ ਅੱਜ ਇਹ ਲਗਭਗ ਹੈਗਾ 30,000 ਦੇ ਕਰੀਬ ਹੈਗਾ ਇਹ ਠੀਕ ਹੈ ਇਹ ਆਪਾਂ ਪੇਮੈਂਟ ਕਰਕੇ ਆਉਣੀ ਆ ਅਤੇ ਆਹ ਸਮਾਨ ਲਿਖਿਆ ਹੋਇਆ ਸਮਾਨ ਮੰਗਾ ਕੇ ਆਉਂਗੇ ਅੱਜ ਅਤੇ ਬਸ ਫਟਾਫਟ ਚੱਲਦੇ ਹਾਂ ਗਰਮੀ ਬਹੁਤ ਹੋਈ ਪਈ ਆ ਬੁਰਾ ਹਾਲ ਜਿਹਾ ਹੋਈ ਜਾਂਦਾ ਹੁਣੀ ਹੁਣੀ ਨਹਾ ਕੇ ਨਿਕਲਿਆ ਮੈਂ ਟਾਈਮ ਹੋ ਗਿਆ ਲਗਭਗ 2 ਵੱਜ ਗਏ ਕੰਮ ਕਰਦੇ ਕਰਾਉਂਦੇ ਨਾ ਬਹੁਤ ਟਾਈਮ ਲੱਗ ਜਾਂਦਾ ਚੱਲਦੇ ਹਾਂ ਫਟਾਫਟ ਬਸ ਲੋ ਭਾਈ ਆਪਾਂ ਹੁਣ ਜਾਣਾ ਹੈ ਪਹਿਲਾਂ ਤੇਲ ਪਾਉਣ ਗੱਡੀ 'ਚ ਤੇਲ ਘੱਟ ਆ ਤੇਲ ਪਾ ਲੈਂਦੇ ਆ ਥੋੜ੍ਹਾ ਬਹੁਤ ਚੱਲ ਭਾਈ ਗੱਡੀਆਂ ਵਾਧੂ ਲੱਗੀਆਂ ਹੋਈਆਂ ਕਿੱਧਰ ਲਿਆਵਾਂ ਉੱਧਰ ਘੁਮਾ ਕੇ ਲਾਉਣੀ ਪੈਣੀ ਲੋ ਭਾਈ 300 ਦਾ ਤੇਲ ਪੈ ਗਿਆ ਇੱਧਰ ਬਾਈ ਨੇ ਕਰਤਾ ਡਨ ਚੱਲਦੇ ਹਾਂ ਹੁਣ ਬਸ ਫਟਾਫਟ ਬਾਜ਼ਾਰ ਦੇ ਵਿੱਚ ਸਮਾਨ ਲਈਏ ਜਾ ਕੇ ਬਲੌਗਿੰਗ ਵਾਸਤੇ ਨਾ ਬੰਦੇ ਨੂੰ ਬੇਸ਼ਰਮ ਬਣਨਾ ਪੈਂਦਾ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿੰਦਾ ਲੋਕ ਦੇਖਦੇ ਹੁੰਦੇ ਆ ਯਾਰ ਵੀ ਕਿਆ ਕਰ ਰਿਹਾ ਦੱਸ ਪਰ ਆਪਾਂ ਨੂੰ ਹੁਣ ਥੋੜ੍ਹੀ ਕੁ ਘੱਟ ਪਰਵਾਹ ਹੁੰਦੀ ਆ ਹੁੰਦੀ ਆ ਹਾਲੇ ਵੀ ਹੁੰਦੀ ਆ ਇਸ ਗੱਲ ਦੀ ਸ਼ਰਮ ਆਉਂਦੀ ਆ ਸ਼ਰਮ ਹੁਣ ਛੱਡਣੀ ਪੈਣੀ ਪਰ ਕਰੀਏ ਗਿਆ ਜਿਹਨੇ ਕੀਤੀ ਸ਼ਰਮ ਉਹਦੇ ਪੁੱਟੇ ਕਰ ਇਹ ਡਾਇਲੋਗ ਤਾਂ ਤੁਸੀਂ ਸੁਣਿਆ ਹੀ ਹੋਣਾ ਠੀਕ ਆ ਇੱਧਰੋਂ ਮੁੜਨਾ ਭਾਈ ਸਾਹਮਣੇ ਵਾਲਾ ਹੌਲੀ ਆਈ ਜਾਂਦਾ ਕਿਆ ਕਰੀ ਜਾਂਦਾ ਚੱਲ ਵੀ ਚੱਲ ਇੱਧਰ ਨੂੰ ਜਾਣਾ ਆਪਾਂ ਨੇ ਲੈ ਵੀ ਅੱਜ ਭੀੜ ਘੱਟ ਹੋ ਗਈ ਦਾਦਾ ਆਰਡਰ ਛੇਤੀ ਲਾ ਜਾਣਾ ਆਪਣਾ ਆਰਡਰ ਫਟਾਫਟ ਲਾ ਕੇ ਆਪਾਂ ਚੱਲਦੇ ਹਾਂ ਹੋ ਜੀ ਆਪਾਂ ਪਹੁੰਚ ਗਏ ਭਾਈ ਸ਼ਰਮਾ ਬ੍ਰਦਰਸ ਕੋਲ ਇਹਨਾਂ ਕੋਲ ਜਾ ਕੇ ਆਪਾਂ ਪੇਮੈਂਟ ਕਰਦੇ ਹਾਂ ਫਟਾਫਟ ਇਹ 'ਚ ਪੇਮੈਂਟ ਆ ਹੁਣ ਫਟਾਫਟ ਪੇਮੈਂਟ ਕਰ ਦਈਏ ਆਪਾਂ ਲੋ ਭਾਈ ਕਰਕੇ ਝੋਲਾ ਖਾਲੀ ਆ ਗਏ ਆਪਾਂ ਹੁਣ ਆਪਾਂ ਨੇ ਬਸ ਸਮਾਨ ਚੱਕਣਾ ਲੈ ਵੀ ਜੱਸੀ ਚੱਕ ਰਿਹਾ ਸਮਾਨ ਅੱਜ ਚੱਕ ਕੇ ਇਹ 'ਚ ਰੱਖੀ ਜਾ ਰਿਹਾ ਇੱਕ ਥੈਲਾ ਰਹਿ ਗਿਆ ਆਪਣਾ ਬਾਕੀ ਸਮਾਨ ਲਿਖਾ ਤਾ ਆਪਾਂ ਨੇ ਉਹ ਆਪਣਾ 2 ਕੁ ਦਿਨ ਨੂੰ ਆ ਕੇ ਆ ਜੂਗਾ ਲੈ ਭਾਈ ਰੱਖ ਲਿਆ ਆਪਾਂ ਸਮਾਨ ਹੁਣ ਚੱਲਦੇ ਹਾਂ ਘਰ ਨੂੰ ਬਸ ਇੱਕ ਦੁਕਾਨ 'ਤੇ ਹੋਰ ਜਾਣਾ ਪਤਾ ਨਹੀਂ ਖੁੱਲ੍ਹੀ ਹੋਊਗੀ ਕਿ ਨਹੀਂ ਖੁੱਲ੍ਹੀ ਹੋਊਗੀ
ਦੇਖ ਲੈਂਦੇ ਆ ਚੱਲ ਜਾਣੋ ਜੀ ਡੈਡੀ ਉਹਨਾਂ ਨੇ ਜਾਣਾ ਲੁਧਿਆਣੇ ਤੇ ਉਹਦੇ ਬਾਅਦ ਆਪਾਂ ਲਗਭਗ ਫ੍ਰੀ ਆ ਫਿਰ ਫਟਾਫਟ ਚੱਲਦੇ ਹਾਂ ਬਸ ਜਿਹੜੀ ਦੁਕਾਨ ਕੋਲ ਆਪਾਂ ਜਾਣਾ ਤਾਂ ਨਾ ਉਹ ਬੰਦ ਆ ਤੇ ਆਪਾਂ ਹੁਣ ਬਸ ਚੱਲਦੇ ਹਾਂ ਵੈਕਿਊਮ ਕਰਾਉਂਦੇ ਆ ਗੱਡੀ ਬਸ ਉੱਥੇ ਭੀੜ ਨਾ ਹੋਵੇ ਵੈਕਿਊਮ ਵਾਲੇ ਕੋਲ ਵੀ 5 ਮਿੰਟ ਦੇ ਵਿੱਚ ਵਿੱਚ ਵੈਕਿਊਮ ਕਰ ਦੇਵੇ ਮੈਟ ਮੈਂ ਕੱਢ ਕੇ ਲੈ ਕੇ ਆਇਆ ਹੋਇਆ ਪਹਿਲਾਂ ਹੀ ਫਟਾਫਟ ਚੱਲਦੇ ਹਾਂ ਬਸ ਹੁਣ ਥੋੜ੍ਹੀ ਕਾਹਲੀ ਆ ਕਾਹਲੀ ਇੰਨੀ ਕਰਨੀ ਨਹੀਂ ਚਾਹੀਦੀ ਵੈਸੇ ਗੱਡੀ ਚਲਾਉਂਦੇ ਹੋਏ ਇੱਕ ਹੱਥ 'ਚ ਫੋਨ ਫੜ ਕੇ ਨਾ ਪੰਗਾ ਪੈ ਜਾਂਦਾ ਹੁੰਦਾ ਪਰ ਕੋਈ ਗੱਲ ਨਹੀਂ ਆਪਾਂ ਸੰਭਾਲ ਸਕਦੇ ਹਾਂ ਆਪਾਂ ਨੂੰ ਹੁਣ ਆਦਤ ਬਣ ਗਈ ਆਪਣੀ ਲੈ ਭਾਈ ਵੈਕਿਊਮ ਕਰਾਉਣ ਲਈ ਆ ਗਏ ਆਪਾਂ ਗੱਡੀ ਲਾ ਲੈਂਦੇ ਇੱਧਰਲੀ ਸਾਈਡ ਮਿੰਟ ਨਾ 5 ਲੱਗੇ ਆ ਭਾਈ ਯਾਰ ਮਿੰਟ 'ਚ ਕਰਤੀ ਸਾਰੀ ਗੱਡੀ ਸਾਫ਼ ਪਾਲਸ ਪੁਲਸ ਮਾਰਤਾ ਡੈਸ਼ ਫੋੜ ਦੂੰ ਸਾਰੇ ਨੂੰ ਮਿੰਟ ਹੀ ਕਰਤਾ ਆਹ ਰਹਿ ਗਿਆ ਇੱਥੇ ਹੁਣ ਚੱਲ ਇੰਨਾ ਕੁ 'ਚ ਆਪਾਂ ਨੇ 100 ਰੁਪਏ ਦੇ ਆ 100 ਰੁਪਏ ਦੇ ਵਿੱਚ ਆਪਾਂ ਨੇ ਵੈਕਿਊਮ ਪਲੱਸ ਪਾਲਿਸ਼ ਇੰਨੇ ਕੁ ਆਪਾਂ ਨੇ ਕੰਮ ਕਰਵਾ ਲਏ ਫਟਾਫਟ ਗੱਡੀ ਵਿੱਚ ਅਤੇ ਬਸ ਹੁਣ ਚੱਲਦੇ ਹਾਂ ਹੁਣ ਡੈਡੀ ਦਾ ਫੋਨ ਆ ਗਿਆ ਤਾਂ ਕਹਿੰਦੇ ਭਾਈ ਛੇਤੀ ਆ ਜਾ ਚਮਕੌਰ 'ਤੇ ਹੁਣ ਆਪਾਂ ਨੇ ਜਾਣਾ ਲੁਧਿਆਣੇ ਫਿਰ ਲੇਟ ਹੁੰਦੇ ਜਾਂਦੇ ਆ ਕਿਉਂਕਿ ਟਾਈਮ ਨਾ ਜਿਹੜਾ ਹੈਗਾ ਉਹ 3 ਵੱਜ ਗਏ ਆ ਤਾਂ ਕਰਕੇ ਹੁਣ ਕਾਹਲੀ ਆ ਥੋੜ੍ਹੀ ਅੱਜ ਸਪੈਸ਼ਲ ਲੱਗੀ ਹੋਈ ਆ ਟਰੱਕਾਂ ਵਾਲਿਆਂ ਦੀ ਪੂਰਾ ਜ਼ੋਰ ਮਾਰੀ ਜਾਂਦੇ ਆ ਟਰੱਕ ਵਾਲੇ ਵੀ ਪੂਰੀਆਂ ਢੋ ਢੋ ਕੇ ਪੈਸਾ ਕਮਾਈ ਜਾਂਦੇ ਦੱਬ ਕੇ ਜਿਹੜਾ ਮਿਹਨਤ ਕਰਦਾ ਨਾ ਉਹਨੂੰ ਬਾਈ ਪੈਸਾ ਆਉਣਾ ਹੀ ਆਉਣਾ ਮਿਹਨਤ ਕਰਨ ਨਾ ਪਿੱਛੇ ਹਟਿਆ ਕਰੋ ਤੇਜੇ ਸਮਝ ਗਿਆ ਦੋ ਭਾਈ ਚਮਕੌਰ ਸਾਹਿਬ 'ਤੇ ਆ ਗਏ ਤੇ ਆਪਾਂ ਅਤੇ 4 ਪੇਟੀਆਂ ਜਿਹੜੀਆਂ ਲਿਆਂਦੀਆਂ ਉਹ ਆਹ ਰੱਖਤਾ ਸਮਾਨ ਇਹਨੂੰ ਲਾਉਂਗੇ ਆਪਾਂ ਘੰਟੇ ਕੁ ਤੱਕ ਬਾਅਦ 'ਚ ਸੈੱਟ ਕਰਕੇ ਇੱਧਰ ਖਾਣੇ 'ਚ ਭਰ ਦੇਣਾ ਅੱਜ ਨਾ ਆਪਾਂ ਮੈਗੀ ਬਣਾਉਣ ਲੱਗੇ ਹੋਏ ਆ ਸਿੰਪਲ ਆਹ ਪਾਇਆ ਨਾ ਓਰੀਗੈਨੋ ਇਹ ਮੈਗੀ ਬਣਾਉਣੀ ਸਿੰਪਲ ਇਹ ਆ ਸਾਰਿਆਂ ਨੂੰ ਪਤਾ ਹੀ ਹੈ ਪਾਣੀ ਪਾ ਕੇ ਮਸਾਲਾ ਪਾ ਕੇ ਓਰੀਗੈਨੋ ਪਾ ਕੇ ਆਪਣਾ ਬਣਾ ਸਕਦੇ ਆਪਾਂ ਬਸ ਬਣ ਜਾਵੇ ਖਾਂਦੇ ਆ ਆਪਾਂ ਉਹਦੇ ਬਾਅਦ ਫਟਾਫਟ ਪਾਣੀ ਜਿਹਾ ਸੁੱਕਦੇ ਹਾਂ ਕਿਆ ਲਿਖਿਆ ਦਿਖਾ ਕੌਫੀ 10 ਰੁਪਏ ਦੀ ਨਹੀਂ ਕੱਪ ਤੇਰੇ ਕੋਲ ਕਿਆ ਦੇਖ ਲਓ ਭਾਈ ਤਰੀਕਾ ਦੇਖ ਲਓ ਚੱਲ ਜਾਂਦੇ ਆ ਹਾਂ ਵੀ ਕਿਆ ਹਾਲ ਆ ਤੇਰੇ ਬਹੁਤ ਟਾਈਮ ਬਾਅਦ ਆਇਆ ਤੂੰ ਕਿੱਧਰ ਰਹਿ ਗਿਆ ਤਾ ਮਾਸੀ ਕੋਲ ਕਿਵੇਂ ਰਹੀਆਂ ਛੁੱਟੀਆਂ ਫਿਰ ਵਧੀਆ ਰਹੀਆਂ ਹੋਰ ਦੱਸ ਕਿਆ ਦਵਾਂ ਹੁਣ ਤੈਨੂੰ ਵਾਲ ਕਿੰਨੇ ਵੱਧ ਕੇ ਰਖਾਈ ਆਹ ਇੱਥੇ ਰੱਖ ਦੇਖ ਲਾ ਬਾਈ ਇਹ ਚੁੰਡੀ ਵਾਲਾ ਬਾਬਾ ਉਹੀ ਇਹਨੇ ਵਾਲ ਕਟਾਏ ਨੀ ਦੇਖ ਲਾ ਕਿੱਡੇ ਬੜੇ ਵਾਲ ਹੋ ਗਏ ਇਹਦੇ ਵਧੀਆ ਗੱਲ ਆ ਰੱਖ ਰੱਖ ਵਧੀਆ ਗੱਲ ਆ ਐਕਸ਼ਨ ਮਾਰਦਾ ਵਾਲ ਤੰਗ ਕਰਦੇ ਅੱਖਾਂ 'ਚ ਆਉਂਦੇ ਆ ਚੱਲ ਚੱਲ ਇਹਨਾਂ ਦਾ ਚੱਲ ਦੇ ਦੀਏ ਭਾਈ ਇਹਨੂੰ ਇੱਧਰ ਚੱਲ ਰਹੀ ਸੀ ਤਾਰੇ ਜ਼ਮੀਨ 'ਤੇ ਫਿਲਮ ਅਤੇ ਆਪਾਂ ਖਾਣ ਲੱਗੇ ਤੇ ਟਿੱਕੀ ਡੈਡੀ ਉਹਨੇ ਟਿੱਕੀ ਲੈ ਕੇ ਆਏ ਤੇ ਜੇ ਕੱਲ੍ਹ ਆਉਣੀ ਤੇਰੇ ਕੋਲ ਤਾਂ ਵੀਡੀਓ ਪੁੱਤ ਆਹ ਖਾ ਲਈ ਆਪਾਂ ਕਰਦੇ ਹਾਂ ਗੱਲ ਬੜੀ ਸਵਾਦ ਆ ਦੇਖੋ ਯਾਰ ਭਾਈ ਗਰਮੀ ਬਹੁਤ ਆ ਬੁਰਾ ਹਾਲ ਆ ਪੈਟੀਆਂ ਲਿਆਂਦੀਆਂ ਹੋਈਆਂ ਤੀਆਂ ਸਾਰੀਆਂ ਲੱਗ ਗਈਆਂ ਕੋਲਡ ਡਰਿੰਕ ਦੇਖੋ ਅੱਜ ਕਿੱਥੇ ਗਿਆ ਆਹ 50 ਵਾਲੇ ਖਾਨਾ ਹੁੰਦੇ ਆ ਦੋਨੇ ਆਹ ਦੋਨੇ ਹੀ ਖਤਮ ਹੋ ਗਏ ਆਹ ਦੇਖੋ ਆਹ ਦੋਨੇ ਹੀ ਖਾਨੇ ਖਤਮ ਕੋਲਡ ਡਰਿੰਕ ਆਊਂਗਾ ਹੁਣ ਆਪਣਾ 2 ਲੀਟਰ ਵਾਲੀਆਂ 3 ਬੋਤਲਾਂ ਰਹਿ ਗਈਆਂ 10 ਕੁ ਬੋਤਲਾਂ ਇਹ ਫਰਿੱਜ ਲੱਗੀਆਂ ਹੋਈਆਂ ਬਸ ਬਾਕੀ ਸਾਰੀ ਖਤਮ ਆ ਜੇ ਕੱਲ੍ਹ ਨੂੰ ਨਾ ਲਿਖਿਆ ਸਾਰਾ ਕੋਲਡ ਡਰਿੰਕ ਖਤਮ ਹੋ ਜਾਣਾ ਦੇਖਦੇ ਹਾਂ ਕੋਈ ਨਾ ਕੱਲ੍ਹ ਨੂੰ ਮੈਂ ਬਾਹਰ ਵੀ ਜਾਣਾ ਯਾਰ ਕਿਤੇ ਕਰਦੇ ਹਾਂ ਐਡਜਸਟਮੈਂਟ ਕੋਈ ਨਾ ਕੋਈ ਹਾਂਜੀ ਅੱਜ ਨਾ ਬਹੁਤ ਬੁਰਾ ਹਾਲ ਹੋਇਆ ਪਿਆ ਗਰਮੀ ਦਾ ਯਾਰ 9 ਵੱਜ ਗਏ ਅੱਜ ਭੀੜ ਬਹੁਤ ਹੋਈ ਸੀ ਦੁਕਾਨ ਦੇ ਵਿੱਚ ਫੁੱਲ ਕੰਮ ਚੱਲ ਰਿਹਾ ਤਾ ਅੱਜ ਆਪਾਂ ਪੇਮੈਂਟ ਕਰਕੇ ਆਏ ਹਾਂ 30-35 ਹਜ਼ਾਰ ਰੁਪਈਆ ਅਤੇ ਸਮਾਨ ਲਿਖਾ ਕੇ ਆਏ ਹਾਂ ਸਮਾਨ ਵੀ ਆਪਣਾ 2 ਜਾਂ 3 ਦਿਨ ਨੂੰ ਇੱਥੇ ਪਹੁੰਚ ਜੂੰਗਾ ਫਿਰ ਆਪਾਂ ਉਹੀ ਰੂਟੀਨ ਸਮਾਨ ਚੱਕ ਕੇ ਆ ਖਾਨਿਆਂ ਦੇ ਵਿੱਚ ਲਗਾਉਣਾ ਥੋੜ੍ਹੇ ਥੋੜ੍ਹੇ ਸਮਾਨ ਖਾਲੀ ਹੋਇਆ ਤਾਂ ਮੈਂ ਪਹਿਲੀ ਇਸ ਵਾਰ ਮੰਗਾ ਲਿਆ ਦਾ ਕਿਉਂਕਿ ਲੋੜ ਤੀ ਸਮਾਨ ਦੀ ਤਾਂ ਕਰਕੇ ਭਾਈ ਕਿਉਂਕਿ ਕੁਛ ਆਈਟਮਾਂ ਇਹੀ ਜਿਹੀ ਹੈਗੀ ਛੋਟੀਆਂ ਜਿਹੜੀਆਂ ਬਿਲਕੁਲ ਹੀ ਖਤਮ ਹੋ ਗਈਆਂ ਤੀਆਂ ਬਾਕੀ ਯਾਰ ਆਪਾਂ ਨੇ ਸਾਰਾ ਸਮਾਨ ਚੱਕ ਕੇ ਅੰਦਰ ਰੱਖ ਲਿਆ ਆਹ ਵੀ ਆਪਾਂ ਰੱਖ ਲਿਆ ਕੁਕਰਾਣਾ ਬਾਕਸ ਅਤੇ ਇੱਧਰ ਆਪਣਾ ਇਹ ਵੀ ਸਟੈਂਡ ਪਿਆ ਅਤੇ ਬਾਕੀ ਆਪਾਂ ਹੁਣ ਮਿਲਦੇ ਹਾਂ ਹੋਰ ਬਲੌਗ ਦੇ ਵਿੱਚ ਹੋਰ ਗੱਲਬਾਤ ਦੇ ਨਾਲ ਰੱਬ ਰੱਖਾ ਗਰਮੀ ਬਹੁਤ ਆ ਬਚ ਕੇ ਰਹੋ ਪਾਣੀ ਪੂਣੀ ਪੀਂਦੇ ਰਹੋ ਅਤੇ ਜੇ ਤੂੰ ਤਾਂ ਖਾਸ ਕਰਕੇ